ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਵਿੱਚ ਬਰਸਾਤ ਦਾ ਪਾਣੀ ਖੇਤਾਂ ਦੇ ਵਿੱਚ ਭਰ ਜਾਣ ਕਰਕੇ ਕਿਸਾਨਾਂ ਦੀਆਂ ਫਸਲਾਂ ਲਗਭਗ ਤਬਾਹ ਹੋ ਚੁੱਕੀਆਂ ਨੇ ਅਤੇ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਦੀ ਵੀ ਕੋਈ ਆਸ ਦਿਖਾਈ ਨਹੀਂ ਦੇ ਰਹੀ। ਗੱਲਬਾਤ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਇੱਕ ਕਿਸਾਨ ਦੀ ਨਰਮੇ ਝੋਨੇ ਅਤੇ ਹਰੇ ਚਾਰੇ ਦੀ ਫਸਲ ਲਗਭਗ ਤਬਾਹ ਹੋ ਚੁੱਕੀ ਹੈ ਕਿਉਂਕਿ ਪਿਛਲੇ ਕਰੀਬ 15 ਦਿਨਾਂ ਤੋਂ ਬਰਸਾਤ ਦਾ ਪਾਣੀ ਉਹਨਾਂ ਦੇ ਖੇਤਾਂ ਦੇ ਵਿੱਚ ਭਰਿਆ ਹੋਇਆ ਹੈ ਅਤੇ ਫਸਲਾਂ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੀਆਂ ਨੇ। ਦੱਸਣਯੋਗ ਹੈ ਕਿ ਇਸ ਮੌਕੇ ਤੇ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਉਹਨਾਂ ਦੀ ਜਿਹੜੀ ਫਸਲ ਖਰਾਬ ਹੋਈ ਹੈ ਉਸ ਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ। ਸਾਨੂੰ ਪਾਣੀ ਦੀ ਸਮੱਸਿਆ ਆਈ ਜੀ, ਇੱਥੇ ਢਾਬ ਦੇ ਰਾਹ 'ਤੇ ਬੰਨ ਲਾਇਆ ਜਾਂਦਾ, ਜਿਹੜੇ ਲੀਡਰ ਆ ਉਹ ਅੱਗੇ ਬੰਨ ਲਵਾ ਦਿੰਦੇ ਸਾਥੋਂ, ਜਿਹੜੇ ਮੰਨ ਲਾ ਵੀ ਲੀਡਰ ਅੱਗੇ ਵੀ ਬੰਨ ਲਵਾ ਦਿੰਦੇ, ਚੇਅਰ ਸਿੰਗਲੇ ਦਾ ਰਾਹ ਜਿਹੜਾ ਉਹ ਵੀ ਵੱਢਿਆ ਜਾਂਦਾ, ਲੀਡਰਾਂ ਦੇ ਜ਼ੋਰ 'ਤੇ ਵੱਢਿਆ ਜਾਂਦਾ। ਇੰਨਾ ਕੁ ਏਰੀਆ ਜਿਹੜਾ ਮੰਨ ਲਓ 200 ਏਕੜ ਏਰੀਆ ਇਹ ਜਿਹੜਾ ਮਰ ਜਾਂਦਾ ਹਰ ਵਾਰੀ, ਨਾ ਤਾਂ ਅੱਗੇ ਨਿਕਾਸ ਆ, ਉਹ ਵੀ ਲੀਡਰਾਂ ਦਾ ਜ਼ੋਰ ਆ ਅਤੇ ਪਿੱਛੇ ਵੀ ਲੀਡਰਾਂ ਦਾ ਜ਼ੋਰ ਆ। ਕਿਹੜੇ ਲੀਡਰ ਨੇ ਜੀ? ਇਸ ਵਕਤ ਤਾਂ ਜੀ ਜਿਹੜਾ ਢਿੱਲੋਂ ਦਾ PA ਆ ਟਹਿਣਾ, ਉਸ ਬੰਦੇ ਨੇ ਮਾਰਿਆ ਸਾਨੂੰ ਤਾਂ, ਵੀ ਜਦੋਂ ਪ੍ਰਸ਼ਾਸਨ ਪਿੱਛੇ ਸੜਕ ਵੜ ਸਕਦਾ, ਰਾਹ ਵੜ ਸਕਦਾ, ਅੱਗੇ ਕਿਉਂ ਨਹੀਂ ਵੜ ਸਕਦਾ? ਫਿਰ ਨਵੇਂ ਡੋਕ ਪਿੰਡ 'ਚ ਜਾ ਕੇ ਖਾਲੀ ਪੱਟ ਕੇ ਪਾਣੀ ਅੱਗੇ ਗਿਆ, ਜਦੋਂ ਪਾਣੀ ਅੱਗੇ ਚਲਿਆ ਗਿਆ ਤਾਂ ਇੱਥੇ ਫਿਰ ਉਹਨਾਂ ਨੇ ਬੰਨ ਲਵਾਤਾ, ਕਿਉਂ ਵੀ ਜਦੋਂ ਪਾਣੀ ਵਗਦਾ ਸੀ ਵਗਦਾ ਕਿਉਂ ਨਹੀਂ ਰਹਿਣ ਦਿੱਤਾ ਗਿਆ? ਸਾਨੂੰ ਤਾਂ ਲੀਡਰਾਂ ਨੇ ਮਾਰਿਆ। ਕਿੰਨਾ ਕੁ ਨੁਕਸਾਨ ਹੈ ਸਾਡਾ ਜੀ? ਮੇਰਾ ਇਸ ਵਕਤ ਮੇਰਾ ਆਪਦਾ ਜਿਹੜਾ 12 ਕਿੱਲੇ ਵਣ ਜਿਹੜਾ ਜਮ੍ਹਾਂ ਨਹੀਂ ਰਿਹਾ ਗਾ, ਅਤੇ ਟੋਟਲ 12 ਕਿੱਲੇ ਹੀ ਆ। ਕਿਹੜੀਆਂ ਕਿਹੜੀਆਂ ਫਸਲਾਂ ਸੀਗੀਆਂ ਦੇ ਵਿੱਚ? ਝੋਨਾ ਹੀ ਸੀ ਜੀ ਸਾਰਾ। ਪਿੰਡ ਹੋਰ ਜਿਹੜੇ ਬਾਕੀ ਹੈ? ਬਾਕੀ ਸਾਰਾ ਪਿੱਛੇ ਪਿੰਡ ਦਾ ਸਾਰਾ ਹੋਊਗਾ ਜੀ, 4000 ਦੇ ਲਗਭਗ ਹੋਊਗਾ, ਜਿਹਦੇ 'ਚੋਂ 200 ਏਕੜ ਜਿਹਦੇ 'ਚ 100% ਦੀ 100% ਹੀ ਮਾਰੀ ਗਈ ਆ ਸਕਦੇ ਤੁਸੀਂ। ਤੁਹਾਡੀ ਕੀ ਮੰਗ ਹੈ? ਸਾਡੀ ਤਾਂ ਇਹੀ, ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੇ ਇਹ ਸ਼ਾਸਤੀ ਲੀਡਰ ਆ ਇਹ ਇਹਨਾਂ ਚੀਜ਼ਾਂ 'ਚੋਂ ਬਾਜ਼ ਆ ਜਾਣ, ਚਾਹੇ ਅਸੀਂ ਕੋਈ ਆਪਦਾ ਆਤਮ ਹੱਤਿਆ ਕਰਨ 'ਤੇ ਮਜਬੂਰ ਕਰਤਾ ਸਾਨੂੰ, ਹਰ ਇੱਕ ਬੰਦੇ 'ਤੇ ਸਰ 20-20 ਲੱਖ ਰੁਪਇਆ ਕਰਜ਼ਾ ਜੀ। ਜੇ ਤੁਸੀਂ ਆਖੋਗੇ ਤੁਹਾਨੂੰ ਮੈਂ ਆਪਦੀਆਂ ਜਮ੍ਹਾਂ ਬੰਦੀਆਂ ਚੈੱਕ ਕਰਾ ਦੇਣਾ, 5 ਲੱਖ ਰੁਪਇਆ ਆੜ੍ਹਤੀ ਅਤੇ 15 ਲੱਖ ਰੁਪਇਆ ਮੇਰੇ ਸਰ ਬੈਂਕ ਦਾ। ਇੱਕ ਬੰਦਾ ਇੱਥੇ ਪਿੱਛੇ ਵਣ ਸੀ ਜੀ ਉਹਦਾ, ਉਹਦੇ ਕੇਸ 'ਚ ਪਾਣੀ ਖੜਾ ਸੀਗਾ, ਉਹਦੇ ਕੋਲ ਆਪਦੀ ਇੱਕ ਏਕੜੀ ਜ਼ਮੀਨ ਸੀਗੀ, ਉਹ ਵੀ ਬੰਦਾ ਇੱਥੇ ਮਰ ਚੁੱਕਿਆ ਇਹਨਾਂ ਲੀਡਰਾਂ ਦੇ ਕਾਰਨ ਹੀ। ਪਾਣੀ ਦੀ ਆ ਰਹੀ ਹੈ ਜੀ। ਕਿੰਨੀ ਫਸਲ ਤੁਹਾਡੀ ਖਰਾਬ ਹੋ ਗਈ ਹੈਗੀ? ਸਾਡੀ ਹੈਗੀ ਆ 34 ਕਿੱਲੇ ਦਾ ਟਾਕਾ ਹੈ, 34 ਦੇ 34 ਖਤਮ ਹੋ ਗਏ ਜੀ। ਝੋਨਾ ਹੀ ਸੀ ਸਰ? ਨੁਕਸਾਨ ਤਾਂ ਲਗਭਗ ਜੀ 100% ਹੀ ਹੈ, ਇੱਥੇ ਹਰਾ ਚਾਰਾ ਖਤਮ ਹੋ ਚੁੱਕਿਆ, ਨਰਮੇ ਸੀ ਜਿਹੜੇ ਸੇਮ ਨਾਲ ਮਰ ਚੁੱਕੇ ਆ, ਅਤੇ ਝੋਨੇ ਵੀ ਲਗਭਗ ਖਤਮ ਹੀ ਹੈ ਜੀ ਜਿੰਨੇ ਥਾਂ 'ਚ ਪਾਣੀ ਹੈਗਾ ਹੁਣ ਇਸ ਟਾਈਮ। ਕੀ ਮੰਗ ਹੈ ਸਰਕਾਰ? ਮੰਗ ਤਾਂ ਇਹੀ ਜੀ, ਮੌਕੇ 'ਤੇ ਗਰਦੌਰੀ ਹੋ ਕੇ ਮੁਆਵਜ਼ਾ ਦਿੱਤਾ ਜਾਵੇ, ਅਤੇ ਨਾਲ ਦੀ ਨਾਲ ਹੀ ਇਹਦਾ ਕੋਈ ਨਿਕਾਸ ਦਾ ਜਾਂ ਮੰਨ ਲਓ ਸੇਮ ਪ੍ਰਭਾਵਿਤ ਇਹਨੂੰ ਮੰਨਿਆ ਜਾਵੇ, ਗਾਂਹ ਤੋਂ ਵੀ ਕਿਸਾਨ ਥੋੜ੍ਹਾ ਜਿਹਾ ਗੇਤਾ ਝੋਨਾ ਵੀ ਲਗਾ ਸਕਣ। ਹਰ ਸਾਲ ਇਹੀ ਹਾਲ ਹੁੰਦਾ? ਹਰ ਸਾਲ ਹੀ ਹੈ ਜੀ। ਸੁਖਨਾਲਾ ਪਿੰਡ ਦੇ ਵਿੱਚ ਜਦੋਂ ਬਾਰਿਸ਼ ਕੋਈ ਵੀ ਮੰਨ ਲਓ ਝੋਨੇ ਲੱਗ ਜਾਂਦੇ ਆ, ਪਹਿਲੀਆਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਅਤੇ ਜਿਹੜਾ ਏਰੀਆ ਸਾਰਾ ਮੰਨ ਲਓ ਵੀ ਇੱਥੇ ਪਾਣੀ ਭਰ ਜਾਂਦਾ ਜੀ, ਪਾਣੀ ਭਰਨ ਦੇ ਨਾਲ ਕੀ ਝੋਨਾ ਲੱਗੇ ਨੂੰ ਅਜੇ 10-20 ਦਿਨ ਹੋਏ ਹੁੰਦੇ ਆ, 15 ਜੂਨ ਤੋਂ ਪਹਿਲਾਂ ਕਿਸਾਨ ਝੋਨਾ ਨਹੀਂ ਲਾ ਸਕਦੇ, ਔਰ ਜੂਨ ਤੋਂ ਅੱਗੇ ਜੁਲਾਈ ਦੇ ਸ਼ੁਰੂਆਤ ਦੇ ਵਿੱਚ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ, ਝੋਨਾ 15-20 ਦਿਨ ਦੀ ਉਮਰ 'ਚ ਹੁੰਦਾ ਅਤੇ ਉਹ ਸਾਰਾ ਡੁੱਬ ਜਾਂਦਾ, ਕਿਸਾਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ। ਸਾਡੀ ਜਿਹੜੀ ਇਹ ਸਮੱਸਿਆ ਬਹੁਤ ਚਿਰਾਂ ਤੋਂ ਲਟਕਦੀ ਆ ਰਹੀ ਹੈ, ਇਹਦਾ ਹੱਲ ਵਾਸਤੇ ਅਸੀਂ ਪ੍ਰਸ਼ਾਸਨ ਕੋਲ ਵੀ ਐਪਲੀਕੇਸ਼ਨ ਵਗੈਰਾ ਦਿੱਤੀਆਂ, ਔਰ ਹੁਣ ਵੀ ਸਾਡੀ ਇਹੀ ਮੰਗ ਹੈ ਕਿ ਇਹਦੀ ਗਿਰਦਾਵਰੀ ਕਰਵਾ ਕੇ ਇੱਥੇ ਸਰਵਾ ਵਗੈਰਾ ਕਰਵਾ ਕੇ ਸਾਡੇ ਪਿੰਡ ਨੂੰ ਸੇਮ ਪ੍ਰਭਾਵਿਤ ਏਰੀਆ ਲਾਨਿਆ ਜਾਵੇ, ਤਾਂ ਕਿ 15 ਜੂਨ ਦੀ ਬਜਾਏ ਕੋਈ 19-20 ਦਿਨ ਪਹਿਲਾਂ ਜੱਟ ਫਸਲਾਂ ਬੀਜ ਲੈਣ, ਝੋਨਾ ਬੀਜ ਲੈਣ ਅਤੇ ਬਾਰਿਸ਼ਾਂ ਹੋਣ ਵੇਲੇ ਇਹਨੂੰ ਮਚਿਓਰ ਹੋ ਜਾਵੇ ਫਸਲ, ਔਰ ਉਹ ਬਾਰਿਸ਼ ਦੇ ਪਾਣੀ ਦਾ ਮੁਕਾਬਲਾ ਕਰਨ ਯੋਗੀ ਹੋ ਜਾਵੇ, ਔਰ ਜਦੋਂ ਪਾਣੀ ਨਿਕਾਸ ਹੋ ਜਾਊਗਾ ਨਿਕਲ ਜਾ ਕਰੂਗਾ ਅਤੇ ਆਪਦੇ ਝੋਨਾ ਲੋਕ ਇਹਦਾ ਆਪਦਾ ਫਸਲ ਦਾ ਪੂਰਾ ਫਾਇਦਾ ਉਠਾ ਸਕਦੇ। ਕਿਹੜੀਆਂ ਕਿਹੜੀਆਂ ਫਸਲਾਂ ਦਾ ਹੁਣ ਇਸ ਵਾਰ ਨੁਕਸਾਨ ਹੋਇਆ? ਇਸ ਵਾਰ ਜੀ ਝੋਨਾ ਬਾਸਪਤੀ ਹੋ ਗਈ ਜੀ, ਹਰੇ ਚਾਰੇ ਦਾ ਪੂਰਾ ਨੁਕਸਾਨ ਹੈ, ਜਿੱਥੇ ਕਿਤੇ ਨਰਮ ਹੈ ਨਰਮੇ ਦਾ ਵੀ ਪੂਰਾ ਨੁਕਸਾਨ ਹੈ। ਉਧਰ ਦੱਸਣਯੋਗ ਹੈ ਕਿ ਇਸ ਬਾਰੇ ਜਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਵ ਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਸੁਖਣਵਾਲਾ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਜਲਦ ਤੋਂ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ। ਜਗਤਾਰ ਦਸਾਂਝ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਡਾ TV NRI।